ਲਓ ਜੀ, ਸੇਲਸ ਪਰਸਨ ਦੀ ਜੋਬ ਨਿਕਲਦੀ ਹੈ ਤਾਂ ਬੰਦਾ ਜਾਂਦਾ ਇੰਟਰਵਿਊ ਦੇਣ। ਤਾਂ ਮੈਨੇਜਰ ਨੂੰ ਕਹਿੰਦਾ, ਹਾਂ ਵੀ ਸੇਲਸ ਪਰਸਨ ਬਣਨਾ? ਕਹਿੰਦਾ ਹਾਂਜੀ। ਕਹਿੰਦਾ ਚੱਲ ਐਂ ਕਰ, ਆਹ ਲੈ ਫੜ $2,000 ਦਾ ਕਹਿੰਦਾ ਲੈਪਟਾਪ HP ਦਾ। ਕਹਿੰਦਾ ਤੂੰ ਮੈਨੂੰ ਉਹਨੂੰ ਵੇਚ ਕੇ ਦਿਖਾ। ਕਹਿੰਦਾ ਜੇ ਵੇਚ ਦੇਗਾ ਤੈਨੂੰ ਰੱਖ ਲਵਾਂਗੇ। ਕਹਿੰਦਾ ਠੀਕ ਆ ਸਰ। ਉਹ ਲੈਪਟਾਪ ਚੱਕਦਾ ਆ ਮੈਨੇਜਰ ਦੇ ਕੈਬਨ 'ਚੋਂ ਬਾਹਰ, ਅਤੇ ਮੈਨੇਜਰ ਕਹਿੰਦਾ ਅੱਛਾ ਰੋਲ ਪਲੇ ਕਰੂਗਾ। ਕਹਿੰਦਾ ਹੁਣੀ ਐਜ਼ ਟਾਈਟੂ ਲਾ ਕੇ ਸੇਲਸ ਪਰਸਨ ਬਣ ਕੇ ਆਊਗਾ ਅੰਦਰ, ਹਾਲ ਚਾਲ ਪੁੱਛੂਗਾ ਤਾਂ ਮੈਨੂੰ ਲੈਪਟਾਪ ਵੇਚੂਗਾ। 15 ਮਿੰਟ, 20 ਮਿੰਟ, 25 ਮਿੰਟ, ਅੱਧਾ ਘੰਟਾ, ਘੰਟਾ, 2 ਘੰਟੇ ਹੋ ਜਾਂਦੇ, ਬੰਦਾ ਆਉਂਦਾ ਹੀ ਨਹੀਂ। ਮੈਨੇਜਰ ਕਹਿੰਦਾ ਪਤਾ ਨਹੀਂ ਕਿੱਥੇ ਰਹਿ ਗਿਆ। ਉਹਦਾ ਬਾਇਓਡਾਟਾ ਖੋਲ੍ਹ ਕੇ ਉਹਦਾ ਫੋਨ ਨੰਬਰ ਲੱਭਦਾ, ਫੋਨ ਮਾਰਦਾ ਉਹਨੂੰ। ਕਹਿੰਦਾ ਹਾਂ ਵੀ ਜਵਾਨਾ, ਕਿੱਥੇ ਰਹਿ ਗਿਆ ਤੂੰ, ਮੈਨੂੰ ਲੈਪਟਾਪ ਵੇਚਣਾ ਸੀ। ਕਹਿੰਦਾ ਜੀ ਮੈਂ ਤਾਂ ਘਰ ਪਹੁੰਚ ਗਿਆ। ਕਹਿੰਦਾ ਘਰ ਪਹੁੰਚ ਗਿਆ, ਤੈਨੂੰ ਤਾਂ ਕਿਤੇ ਮੈਂ ਲੈਪਟਾਪ ਵੇਚ ਕੇ ਦਿਖਾ। ਕਹਿੰਦਾ ਐਂ ਕਰ, ਜੇ ਤੈਨੂੰ ਲੈਪਟਾਪ ਚਾਹੀਦਾ, ਬੰਦਾ ਕਹਿੰਦਾ ਮੈਨੇਜਰ ਨੂੰ, ਜੇ ਤੈਨੂੰ ਲੈਪਟਾਪ ਚਾਹੀਦਾ ਤਾਂ $2,000 ਦੇ ਤਾਂ ਲੈਪਟਾਪ ਲੈ ਲਾ।